जी सत श्री अकाल जी सारयां नूं की हाल चाल आ तुहाडा सारयां दा उम्मीद करदा सारे वधिया होवोगे ते तंदुरुस्त होवोगे ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਕਿ ਆਪਾਂ ਅਕਸਰ ਵਲੌਗਸ ਦੇ ਵਿੱਚ ਜਾਂ ਇਹ ਚੀਜ਼ ਸ਼ੇਅਰ ਕਰਦੇ ਹੁੰਦੇ ਹਾਂ ਵੀ ਜਦੋਂ ਵੀ ਤੁਸੀਂ ਕੈਨੇਡਾ ਆਉਣਾ ਵਾ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੁੰਦਾ ਵਾ ਕਿਉਂਕਿ ਤੁਹਾਡੀ ਇੱਕ ਛੋਟੀ ਜਿਹੀ ਗਲਤੀ ਅੱਗੇ ਜਾ ਕੇ ਤੁਹਾਡੇ ਲਈ ਭਾਰੀ ਪੈ ਸਕਦੀ ਆ ਤੇ ਪਿੱਛੇ ਜੇ ਸੁੱਖ ਨੇ ਇੱਕ ਵੀਡੀਓ ਵੀ ਬਣਾਈ ਸੀਗੀ ਟੋਰਾਂਟੋ ਜਿਹੜਾ ਪ੍ਰੋਟੈਸਟ ਹੋਇਆ ਸੀਗਾ ਜਿਹੜੀ ਨਿਊਜ਼ ਵੀ ਬੜੀ ਵਾਇਰਲ ਹੋਈ ਸੀਗੀ ਕਿ 600 ਬੱਚਿਆਂ ਨੂੰ ਕੈਨੇਡਾ ਸਰਕਾਰ ਜਿਹੜੀ ਆ ਉਹ ਡਿਪੋਰਟ ਕਰ ਰਹੀ ਆ ਐਕਚੁਅਲ ਦੇ ਵਿੱਚ ਉਹ 700 ਨਹੀਂ ਹੈਗੇ ਘੱਟ ਆਗੇ ਬੱਚੇ ਪਰ ਅੜੀ ਨੂੰ ਡੈਪੋਰਟੇਸ਼ਨ ਦੇ ਆਰਡਰ ਦਿੱਤੇ ਸੀਗੇ ਬਟ ਉਹ ਕੁੜੀ ਨੂੰ ਐਕਸਟੈਂਸ਼ਨ ਮਿਲ ਗਈ ਹੁਣ ਕੀ ਆ ਹੁਣ ਇੱਕ ਮੁੰਡੇ ਨੂੰ ਡੈਪੋਰਟੇਸ਼ਨ ਦੇ ਜਿਹੜੇ ਆਰਡਰ ਆਏ ਹੋਏ ਨੇ ਸੋ ਉਸ ਮੁੰਡੇ ਦੀ ਸਪੋਰਟ ਦੇ ਲਈ ਕੀ ਆ 에ਅਰਪੋਰਟ ਤੇ ਧਰਨਾ ਲੱਗਿਆ ਹੋਇਆ 에ਅਰਪੋਰਟ ਰੋਡ ਐਂਡ ਡੈਰੀ ਉੱਥੇ ਆ ਤੇ ਉਹਦੇ ਧਰਨਾ ਲੱਗਿਆ ਹੋਇਆ ਆਪਾਂ ਅੱਜ ਉੱਥੇ ਜਾ ਰਹੇ ਹਾਂਗੇ ਸੋ ਜਿੰਨਾ ਵੀ ਹੋ ਸਕਦਾ ਕਿ ਆਪਾਂ ਉਹਨਾਂ ਦੀ ਸਪੋਰਟ ਕਰੀਏ ਬਾਕੀ ਹੁਣ ਪਤਾ ਨਹੀਂ ਇਮੀਗ੍ਰੇਸ਼ਨ ਦਾ ਅੱਗੇ ਕੀ ਡਿਸੀਜਨ ਆਉਣਾਗਾ ਪਰ ਆਪਣਾ ਉੱਥੇ ਇਕੱਠ ਕਰਨ ਦਾ ਮਤਲਬ ਇਹ ਆ ਵੀ ਇੱਕ ਪ੍ਰੈਸ਼ਰ ਕ੍ਰੀਏਟ ਕੀਤਾ ਜਾਵੇ ਕਿਉਂਕਿ ਇਕੱਲੇ ਬੱਚੇ ਦੀ ਗਲਤੀ ਨਹੀਂ ਹੈਗੀ ਕਿਤੇ ਨਾ ਕਿਤੇ ਇਹਦੇ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਵੀ ਫੇਲ ਆਗਾ ਹਨਾ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਇਹ ਫੇਕ ਡਾਕੂਮੈਂਟਸ ਲੈ ਕੇ ਐਂਟਰ ਕਿਵੇਂ ਹੋਏ ਐਂਟਰ ਵੇਲੇ ਵੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਡਾਕੂਮੈਂਟ ਸਹੀ ਨੇ ਕਿਹੜੇ ਫੇਕ ਨੇ ਸੋ ਇਥੋਂ ਇਹਨਾਂ ਦੇ ਇੱਕ ਸਿਸਟਮ ਫੇਲਿਅਰ ਦਾ ਵੀ ਪਤਾ ਲੱਗਦਾ ਤੇ ਆਪਾਂ ਉੱਥੇ ਜਾਣੇ ਆਂਗੇ ਤੇ ਬਾਕੀ ਗੱਲਬਾਤ ਕਰਾਂਗੇ ਹਨਾ ਜਿਹੜੇ ਬੱਚੇ ਨੂੰ ਡਿਪੋਰਟ ਕੀਤਾ ਜਾ ਰਿਹਾ ਉੱਥੇ ਸੋ ਜਿਵੇਂ ਹੁਣ ਕੈਨੇਡਾ ਦੇ ਵਿੱਚ ਵੀ ਬਹੁਤ ਗਰਮੀ ਆ ਤੇ ਕੈਨੇਡਾ ਦੇ ਵਿੱਚ ਜਿਹੜੀ ਗਰਮੀ ਹੁੰਦੀ ਆ ਉਹ ਮੰਨੀ ਜਾਂਦੀ ਆ ਵੀ ਇੰਡੀਆ ਤੋਂ ਵੀ ਜ਼ਿਆਦਾ ਹੁੰਦੀ ਕਿਉਂਕਿ ਇੱਥੇ ਕਹਿੰਦੇ ਨੇ ਵੀ ਸੂਰਜ ਜ਼ਿਆਦਾ ਨੇੜੇ ਆ ਤੇ ਜਿਹੜੀ ਧੁੱਪ ਹੁੰਦੀ ਆ ਨਾ ਉਹ ਸਹੀ ਨਹੀਂ ਜਾਂਦੀ ਸੋ ਐਨੀ ਗਰਮੀ ਦੇ ਵਿੱਚ ਉੱਥੇ ਧਰਨਾ ਲੱਗਿਆ ਹੋਇਆ ਵਾ ਸੋ ਬਹੁਤ ਜ਼ਿਆਦਾ ਮਤਲਬ ਔਖਾ ਵਾ ਨਾ ਕਿਉਂਕਿ ਆਪਾਂ ਆਪਣੀ ਇੰਡੀਆ ਦੇ ਸਿਸਟਮ ਤੋਂ ਅੱਕੇ ਹੋਏ ਇੱਥੇ ਆਏ ਸੀਗੇ ਤੇ ਜੇ ਆਪਾਂ ਨੂੰ ਇੱਥੇ ਵੀ ਧਰਨੇ ਲਾਉਣੇ ਪੈਣੇ ਇਹੋ ਜਿਹੇ ਕੰਟਰੀਜ਼ ਦੇ ਵਿੱਚ ਵੀ ਫਿਰ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਦੂਜੀ ਗੱਲ ਸਟੂਡੈਂਟਸ ਨੂੰ ਵੀ ਅਪੀਲ ਆ ਕਿ ਇਹ ਨਾ ਸੋਚਿਆ ਕਰੋ ਕਿ ਬਸ ਕੈਨੇਡਾ ਪਹੁੰਚਾ ਦੇਵੇ ਹਨਾ ਰੱਬ ਮੈਨੂੰ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖ ਕੇ ਇੱਥੇ ਆਇਆ ਕਰੋ उस वेले मौके पर स्टूडेंट कहते भी आपको करना चाहिए तो आप किया अज का भी जिमें जिमें मतलब अगे अगे चलूगा कोई मार्च का प्लैन है नहीं वैसे अज का सिर्फ यही सगा भी आप जो शुक्रवार को 11 बजे भरन सारी साड़ी पंजाबी कम्यूनिटी के वक् वक् जिन्हें भी आगू साहबान है तो वह ज बाकी जिन्हों भी लगता अपने अपनी जिम्मेवार लीए तो इस संघर्ष को अगे लैके जाइए ते नाल नाल मैं सारे जिन्ने भी साडे व्यक्ति ने जिन्ने भी इत्थे सारे तुसी पहुंचे हो आपां इसनू थोड़ी जिहा ऑर्गेनाइज कर सकीए कि इस मजारे नू आपां अगे लैके किस तरह जाणा कि मैंबर ऑफ पार्लीमेंट के दफ्तर के बाहर जाके मजारा करना जायज है ये आपां नू अज सोचण दी लोड़ है कि इत्थे अपना इकट्ठ ये कीता होया सही तरह मैसेज पहुंचदा क्योंकि यह बहुत जरूरी है इंडियन हाई कमिशन तक भी यह मैसेज पहुंचना चाहिए ऑटवा तक भी प्रॉपर मैसेज पहुंचना चाहिए कि जो बच्चे ने यह डिपोर्ट नहीं होने चाहिए किस टाइम बैठ के सोचो भी जे यह औखी घड़ी मेरे उत्ते आवे फिर मैं किस तरह महसूस करांगा मेरे किसी बच्चे के नाल इस तरह होवे तां मैं किस तरह महसूस करांगा ਇਹ ਦਰਦ ਆਪਾਂ ਸਾਰਿਆਂ ਨੂੰ ਆਪਣਾ ਸਮਝ ਕੇ ਇਕੱਠੇ ਹੋ ਕੇ ਇੱਕ ਦੂਜੇ ਦਾ ਸਾਥ ਦਈਏ ਆਪੋ ਆਪਣੇ ਸੁਝਾਅ ਦਿਓ ਕਿ ਆਪਾਂ ਇਹ ਮੈਸੇਜ ਅੱਗੇ ਕਿਸ ਤਰ੍ਹਾਂ ਪਹੁੰਚਾਈਏ ਕਿ ਸਾਡੇ ਬੱਚੇ ਡਿਪੋਰਟ ਨਾ ਕੀਤੇ ਜਾਣ ਏਜੰਟ ਹੈ ਉਹਦਾ ਨਾਮ ਹੈਗਾ ਜੀ ਬ੍ਰਜੇਸ਼ ਮਿਸ਼ਰਾ ਤੇ 90% ਜਿਹੜੇ ਸਟੂਡੈਂਟ ਹੈ ਉਹ ਅਫੈਕਟਡ ਹੈਗੇ ਆ ਇਹ ਬੰਦੇ ਦੇ ਨਾਲ ਤੇ ਉਹਨੇ सब तो बड़ी मुश्किल सानू आई है ना सारे बच्चे नाल जद गल करी दी पता चलता है कि बच्चे मूहरे भी नहीं आते हैं पर वह दसते हैं अपनी कहानी कि सानू कितनी मुश्किल आती है भी FIR दर्ज नहीं होंगी इन्ने प्रूफ्स होने के बावजूद भी FIR दर्ज नहीं होंगी साल साल डेढ़ डेढ़ साल लग जाता है पुलिस उन्हें गल नहीं सुनती भी नहीं तो कुछ होया ही नहीं इदा तो कुछ होया ही नहीं टाल टोल सारा चली जाता है तो दूजा जिहड़ा एजेंट हैगा आ वह हैगा गुरबाज गिल ये भी केस आए हैं काफ़ी तो जिहड़ा तीजा एजेंट हैगा वह हैगा अतुल महाजन तो जसमीत कौर ये पार्टनरशिप काम करते इन्हों का ऑफिस हैगा है जी ऑरेंज ओवरसीज मोहाली दे विच मेरा एजेंट सीगा जिन्हें फेक डॉक्यूमेंट पाए सीगे मेरे केस दे विच
ਇਹ ਸਿਰਫ ਤਿੰਨ ਜਣੇ ਨੇ, ਤਿੰਨ ਚਾਰ ਜਣੇ ਨੇ, ਤੇ ਹੋ ਸਕਦਾ ਇੱਕ ਅੱਧਾ ਨਾਮ ਮੈਂ ਭੁੱਲ ਗਿਆ ਹੋਵਾਂ, ਪਰ ਇਹ ਤਿੰਨ ਚਾਰ ਜਣੇ ਨੇ ਜਿਹੜੇ ਮੇਨ ਨੇ ਅਜੇ ਫਿਲਹਾਲ ਤੱਕ ਸਾਹਮਣੇ ਆਏ ਨੇ। ਪਰ ਆਪਾਂ ਨੂੰ ਇੱਕ ਗੱਲ ਸਮਝਣੀ ਪੈਣੀ ਹੈ ਕਿ ਇਹ ਸਿਰਫ ਤਿੰਨ ਨਹੀਂ ਹੈਗੇ, ਉੱਥੇ ਹੁਣ ਇੱਕ ਇਮੀਗ੍ਰੇਸ਼ਨ ਮਾਫੀਆ ਚੱਲ ਪਿਆ ਆ। ਅਤੇ ਸਭ ਤੋਂ ਬੜੀ ਪ੍ਰੋਬਲਮ ਇਹ ਆ ਕਿ ਆਪਾਂ ਉਹਨਾਂ ਦੇ ਖਿਲਾਫ਼ ਬੋਲ ਨਹੀਂ ਸਕਦੇ। ਸਾਰੇ ਸਟੂਡੈਂਟ ਜਿੰਨੇ ਵੀ ਹੈਗੇ, ਜਦੋਂ ਆਪਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਭਾਈ ਤੁਸੀਂ ਉਹਨਾਂ ਦੇ ਖਿਲਾਫ਼ ਕੰਪਲੇਂਟ ਕੋਈ ਐਕਸ਼ਨ, ਸਾਰੇ ਇਹੀ ਕਹਿੰਦੇ ਕਿ ਸਾਨੂੰ ਉਹ ਥਰੈਟ ਕਰਦੇ ਨੇ ਜਾਂ ਬਲੈਕਮੇਲ ਕਰਦੇ ਨੇ, ਅਨੋ ਨੰਬਰਾਂ ਤੋਂ ਕਾਲ ਕਰਦੇ ਨੇ, ਕਿਉਂਕਿ ਉਹ ਇੰਨਾ ਫਰੋਡ ਕੀਤਾ, ਉਹਨਾਂ ਨੇ ਇੰਨਾ ਪੈਸਾ ਇਕੱਠਾ ਕਰ ਲਿਆ ਆ ਕਿ ਯਾਰ ਉਹਨਾਂ ਦਾ ਇੰਨਾ ਇਨਫਲੂਐਂਸ ਹੈ ਪੋਲੀਟਿਕਸ ਦੇ ਵਿੱਚ। ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ, ਕੋਈ ਦੱਸਣ ਦੀ ਲੋੜ ਨਹੀਂ ਹੈਗੀ ਕਿ ਮਹੀਨੇ ਮਹੀਨੇ ਦੇ ਪੈਸੇ ਜਾਂਦੇ ਹੈ ਜਿੰਨੇ ਵੀ ਉੱਥੇ ਹੈਗੇ ਆ। ਜਿਹੜਾ ਵੀ ਉਹ ਏਰੀਆ ਦਾ ਕੋਈ ਇੰਚਾਰਜ ਹੁੰਦਾ ਹੈ, ਕੋਈ ਪੁਲਿਸ ਆਫਿਸਰ ਹੁੰਦਾ ਹੈ, ਵੀ ਸਾਡੇ ਜੇ ਕੋਈ ਇੱਦਾਂ ਦਾ ਕੇਸ ਆਇਆ ਵੀ ਕਾਰਵਾਈ ਨਾ ਹੋਵੇ, ਅੱਗੇ ਕੇਸ ਨਾ ਵਧੇ। ਪ੍ਰੋਟੈਸਟ ਤੋਂ ਆਪਾਂ ਘਰੇ ਆ ਗਏ ਸੀਗੇ ਤੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀਆਂ ਤੇ ਤੁਹਾਨੂੰ ਵੀ ਦਿਖਾਇਆ ਵੀ ਉੱਥੇ ਕਿਵੇਂ ਦਾ ਮਾਹੌਲ ਹੈ। ਜਿਵੇਂ ਤੁਸੀਂ ਦੇਖਿਆ ਹੀ ਆ ਕਿ ਬੱਚੇ ਵਿਚਾਰੇ ਜਿਹੜੇ ਆ ਉਹ ਥੱਲੇ ਹੀ ਹਨਾ ਵੀ ਬੈਠੇ ਆ, ਤੇ ਇਕੱਠ ਹੋਇਆ ਵੀ ਪਰ ਜਿੰਨਾ ਹੋਣਾ ਚਾਹੀਦਾ ਸੀ ਓਨਾ ਨਹੀਂ ਹੋਇਆ, ਕਿਉਂਕਿ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਕਿ ਪੰਜਾਬੀ ਬਹੁਤ ਰਹਿੰਦੇ ਆ, ਖਾਸ ਕਰਕੇ ਬਰੈਂਪਟਨ ਦੇ ਵਿੱਚ ਤਾਂ, ਤੇ ਸਟੂਡੈਂਟ ਵੀ ਬਹੁਤ ਆ, ਸੋ ਓਨੇ ਲੋਕ ਨਹੀਂ ਆਏ। ਕਿਤੇ ਨਾ ਕਿਤੇ ਲੋਕਾਂ ਦੀ ਮਜਬੂਰੀ ਵੀ ਹੁੰਦੀ ਹੈ, ਕਿਸੇ ਦਾ ਕੰਮ ਹੁੰਦਾ ਵਾ, ਕਿਸੇ ਦਾ ਕਾਲਜ ਹੁੰਦਾ ਵਾ, ਪਰ ਇਹ ਗੱਲ ਆਪਾਂ ਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਕਿ ਜੇ ਅੱਜ ਆਪਾਂ ਕਿਸੇ ਨਾਲ ਖੜੇ ਹਾਂ ਤਾਂ ਕੱਲ ਨੂੰ ਔਖਾ ਟਾਈਮ ਆਪਣੇ ਤੇ ਵੀ ਆ ਸਕਦਾ, ਤਾਂ ਹੀ ਆਪਣੇ ਨਾਲ ਕੋਈ ਖੜਾ ਹੋਊਗਾ। ਸੋ ਉੱਥੇ ਇੱਕ ਕੁੜੀ ਸੀਗੀ, ਮੈਂ ਉਹਦੇ ਨਾਲ ਗੱਲ ਕੀਤੀ ਕਿਉਂਕਿ ਉਹ ਵੀ ਇਹ ਜਿਹੜੀ ਘਟਨਾ ਦੀ ਸ਼ਿਕਾਰ ਆ, ਉਹਨੂੰ ਹਜੇ ਡੈਪੂਟੇਸ਼ਨ ਦੇ ਆਰਡਰ ਨਹੀਂ ਆਏ, ਤੇ ਮੈਂ ਉਹਨੂੰ ਪੁੱਛਿਆ ਵੀ ਤੇਰੇ ਨਾਲ ਕੀ ਹੋਇਆ। ਸੋ ਕਹਿੰਦੀ ਕਿ ਜਦੋਂ ਇੰਡੀਆ ਤੋਂ ਏਜੰਟ ਨੇ ਆਫਰ ਲੈਟਰ ਦੇ ਕੇ ਇੱਥੇ ਭੇਜਿਆ, ਉਹ ਇੱਥੇ ਆ ਗਈ, ਇੱਥੇ ਆ ਕੇ ਏਜੰਟ ਨੇ ਕਿਹਾ ਕਿ ਮੈਂ ਤਾਂ ਤੁਹਾਡੀ ਸੀਟ ਜਿਹੜੀ ਉਹ ਬੁੱਕ ਹੀ ਨਹੀਂ ਕੀਤੀ, ਮੇਰੇ ਕੋਲ ਹੋਈ ਨਹੀਂ, ਤੇ ਹੁਣ ਤੁਸੀਂ ਕਿਸੇ ਹੋਰ ਕਾਲਜ 'ਚ ਐਡਮਿਸ਼ਨ ਲੈ ਲਵੋ। ਏਜੰਟ ਨੇ ਪ੍ਰਾਈਵੇਟ ਕਾਲਜ ਦੀ ਆਫਰ ਲੈਟਰ ਉਹਨਾਂ ਨੂੰ ਪ੍ਰੋਵਾਈਡ ਕਰ ਦਿੱਤੀ। ਉਹ ਕਹਿੰਦੀ ਕਿ ਮੇਰਾ ਇੱਥੇ ਕੋਈ ਰਿਸ਼ਤੇਦਾਰ ਕੋਈ ਨਹੀਂ ਸੀਗਾ, ਉਹ ਪ੍ਰਾਈਵੇਟ ਕਾਲਜ 'ਚ ਗਈ, ਉਹਨੂੰ ਮਹੀਨੇ ਕੁ ਦੇ ਵਿੱਚ ਇਹ ਚੀਜ਼ ਪਤਾ ਲੱਗ ਗਈ ਕਿ ਇਹ ਕਾਲਜ ਵਰਕ ਪਰਮਿਟ ਜਿਹੜਾ ਵਾ ਉਹ ਨਹੀਂ ਦਿੰਦਾ। ਉਹ ਤੋਂ ਬਾਅਦ ਦੇ ਵਿੱਚ ਉਹਨੇ ਕਾਲਜ ਚੇਂਜ ਕਰਕੇ ਮੁਹਾਕ ਕਾਲਜ ਦੇ ਵਿੱਚ ਐਡਮਿਸ਼ਨ ਲਈ। ਮੁਹਾਕ ਕਾਲਜ 'ਚ ਉਹਨੇ ਸਟੱਡੀ ਕੰਪਲੀਟ ਕੀਤੀ, ਇਸ ਟਾਈਮ ਉਹ ਵਰਕ ਪਰਮਿਟ ਦੇ ਉੱਤੇ ਆ, ਅਤੇ ਉਹਨੇ ਕੀ ਕੀਤਾ ਕਿ ਜਿਹੜੀ ਵੀਜ਼ੇ ਦੀ ਸਟੈਂਪ ਹੁੰਦੀ ਹੈ, ਕਿਉਂਕਿ ਜਦੋਂ ਆਪਾਂ ਸਟੱਡੀ ਪਰਮਿਟ 'ਤੇ ਆਉਂਦੇ ਹਾਂ, ਸਟੱਡੀ ਪਰਮਿਟ ਜਿੰਨੀ ਸਟੈਂਪ ਲੱਗੀ ਹੁੰਦੀ ਆ ਪਾਸਪੋਰਟ ਦੇ ਉੱਤੇ, ਸੋ ਤੋਂ ਬਾਅਦ ਵਰਕ ਪਰਮਿਟ 'ਤੇ ਆਈ ਅਤੇ ਉਹ ਸਟੈਂਪ ਉਹਨੇ ਦੁਬਾਰਾ ਲਵਾਉਣੀ ਸੀਗੀ ਵੀਜ਼ੇ ਦੀ। ਸੋ ਜਦੋਂ ਸਟੈਂਪ ਲਵਾਉਣ ਨੂੰ ਪਾਸਪੋਰਟ ਗਿਆ, ਉਦੋਂ ਉਹਦੀ ਆ ਜਿਹੜੀ ਡੈਪੂਟੇਸ਼ਨ ਦੇ ਆਰਡਰਸ ਆ ਉਹ ਆਏ। ਸੋ ਫੀਸਾਂ ਵੀ ਪੇ ਕਰ ਦਿੱਤੀਆਂ, ਸਾਰਾ ਕੁਛ ਹੋ ਗਿਆ, ਅਤੇ ਐਂਡ ਦੇ ਵਿੱਚ ਜਿਹੜਾ ਉਹਨਾਂ ਦੇ ਨਾਲ ਆ ਕੁਛ ਹੋਇਆ। ਸੋ ਜੀ, ਪ੍ਰੋਟੈਸਟ ਚੱਲ ਰਿਹਾ ਅਤੇ ਦੇਖੋ ਕੀ ਨਤੀਜਾ ਨਿਕਲਦਾ, ਅਤੇ ਮੁੰਡੇ ਦੀ ਹੇਅਰਿੰਗ ਹੈਗੀ ਹੈਗੀ ਫਰਾਈਡੇ 11 ਵਜੇ, ਫਿਰ ਉੱਥੇ ਸਾਰਿਆਂ ਨੇ ਇਕੱਠ ਕਰਨਾ, ਤੇ ਪਤਾ ਨਹੀਂ ਭਾਈ ਹੁਣ ਕਿਸੇ ਨੂੰ ਨਹੀਂ ਪਤਾ ਵੀ ਉਹਦਾ ਕੀ ਐਂਡ ਨਿਕਲੂਗਾ, ਕੀ ਉਹਦਾ ਰਿਜ਼ਲਟ ਹੋਊਗਾ, ਹਨਾ। ਬਟ ਆਪਾਂ ਆਪਣਾ 100% ਦੇ ਸਕਦੇ ਹਾਂ, ਤੇ ਅਸੀਂ ਲਾਈਕ ਪ੍ਰੋਟੈਸਟ ਜਾ ਕੇ ਅਸੀਂ ਵੀ ਆਉਂਦੇ ਹੋਏ ਗੱਲ ਕਰ ਰਹੇ ਸੀ ਵੀ ਜੋ ਵੀ ਤੁਸੀਂ ਉੱਥੇ ਮਰਜ਼ੀ ਖਾਓ ਪੀਓ, ਸਮੋਸੇ ਅਸੀਂ ਵੀ ਲੈ ਕੇ ਗਏ ਸੀਗੇ, ਬਟ ਉੱਥੇ ਆਲਰੇਡੀ ਬਹੁਤ ਜ਼ਿਆਦਾ ਲੰਗਰ ਸੀਗਾ, ਅਤੇ ਹੁਣ ਦੇਖੋ ਭਾਈ ਕੀ ਬਣਦਾ, ਹੈ ਨਾ। ਬਸ ਇਹ ਚੀਜ਼ ਆ ਵੀ ਜਿਹੜੇ ਤੁਸੀਂ ਨਵੇਂ ਆ ਰਹੇ ਹੋ ਨਾ, ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਲਿਆ ਹੋਣਾ, ਪਹਿਲਾਂ ਉਹਨਾਂ ਨੇ ਏਜੰਟਾਂ ਦੇ ਨਾਮ ਵੀ ਲਏ ਹੈਗੇ, ਅਤੇ ਹੋਰ ਵੀ ਬਹੁਤ ਸਾਰੇ ਏਜੰਟ ਹਜੇ ਹੈਗੇ ਨੇ ਜਿਨ੍ਹਾਂ ਨੇ ਫੇਕ ਬੱਚਿਆਂ ਨੂੰ ਜਿਹੜੇ ਹੈਗੇ ਕਾਲਜ ਤੋਂ ਆਫਰ ਲੈਟਰ ਲੈ ਕੇ ਇੱਥੇ ਭੇਜਿਆ। ਪਰ ਹੁਣ ਤੁਸੀਂ ਜਦੋਂ ਵੀ ਤੁਸੀਂ ਵੀ ਆਪਣੀ ਫਾਈਲਾਂ ਅਪਲਾਈ ਕਰਦੇ ਹੋਗੇ, ਕਾਲਜ ਨਾਲ ਸੰਪਰਕ ਕਰ ਲਿਆ ਕਰੋ ਵੀ ਤੁਹਾਡਾ ਆਫਰ ਲੈਟਰ ਜੈਨੂਅਨ ਹੈਗਾ ਜਾਂ ਨਹੀਂ ਹੈਗਾ, ਕਿਉਂਕਿ ਕਾਲਜ ਹੀ ਤੁਹਾਨੂੰ ਦੱਸ ਸਕਦਾ ਵੀ ਤੁਹਾਡਾ ਜਿਹੜਾ ਆਫਰ ਲੈਟਰ ਉਹ ਜੈਨੂਅਨ ਹੈ ਜਾਂ ਤੁਹਾਡਾ ਉਹ ਜਿਹੜਾ ਆਫਰ ਲੈਟਰ ਆ ਉਹ ਫੇਕ ਹੈਗਾ। ਸੋ ਫੇਕ ਡਾਕੂਮੈਂਟ ਲਾ ਕੇ ਨਾ ਕੈਨੇਡਾ ਆਓ, ਇੱਥੇ ਆ ਕੇ ਫਸ ਜਾਓਗੇ, ਜਿਵੇਂ ਉਹ ਧਰਨੇ ਲਾਈ ਜਾਂਦੇ ਆ, ਕੱਲ੍ਹ ਨੂੰ ਤੁਸੀਂ ਧਰਨੇ ਲਾਓਗੇ। ਕਿ ਇਹੀ ਪ੍ਰੇ ਕਰ ਦਿਆਂਗੇ ਭਾਈ, ਜਿਹੜੇ ਬੱਚੇ ਇੱਥੇ ਜਿਨ੍ਹਾਂ ਨੂੰ ਡੈਪੂਟੇਸ਼ਨ ਦੇ ਆਏ ਆ ਲੈਟਰ, ਹੈ ਨਾ, ਉਹਨਾਂ ਦਾ ਕੋਈ ਨਾ ਕੋਈ ਹੱਲ ਨਿਕਲ ਜੇ ਤਾਂ ਇਹੀ ਚੰਗਾ ਗਾ। ਸੋ ਜਲਦੀ ਮਿਲਾਂਗੇ ਆਪਾਂ ਨਵੀਂ ਅਪਡੇਟ ਨਾਲ, ਨਵੇਂ ਵੀਡੀਓ ਦੇ ਨਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।